ਅੱਜ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਜਿਸ ਵਿਸ਼ੇ ਤੇ ਸਿੱਖਣਾ ਹੈ ਉਹ ਵਿਸ਼ਾ ਹੈ ਪ੍ਰਭੂ ਅੱਜ ਸਾਡੇ ਖਾਲੀ ਭਾਂਡਿਆਂ ਨੂੰ ਭਰਨਾ ਚਾਹੁੰਦੇ ਹਨ ਆਮੇਨ ਹਾਲੇਲੂਇਆ ਯੈਸ ਇਹ ਸੱਚੀ ਗੱਲ ਹੈ ਕਿ ਪ੍ਰਭੂ ਜੀ ਸਾਡੇ ਖਾਲੀ ਭਾਂਡਿਆਂ ਨੂੰ ਅੱਜ ਇਸ ਘੜੀ ਭਰਨਾ ਚਾਹੁੰਦੇ ਆ ਆਮੇਨ ਔਰ ਅੱਜ ਅਸੀਂ ਵੰਡਰਫੁਲ ਤਰੀਕੇ ਦੇ ਨਾਲ ਬਾਈਬਲ ਦੇ ਵਿੱਚੋਂ ਪਰਮੇਸ਼ਵਰ ਜੀ ਦੇ ਪਵਿੱਤਰ ਸ਼ਸਤਰ ਦੇ ਵਿੱਚੋਂ ਪ੍ਰਭੂ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਅਸੀਂ ਸਿੱਖਾਂਗੇ ਕਿ ਪ੍ਰਭੂ ਕਿਸ ਰੀਤੀ ਦੇ ਨਾਲ ਖਾਲੀਪਨ ਨੂੰ ਦੂਰ ਕਰਦੇ ਆ ਦੇਖੋ ਵਚਨ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ ਪਰ ਜਿੰਨੀ ਵਾਰੀ ਤੁਸੀਂ ਉਸ ਵਚਨ ਨੂੰ ਦੁਬਾਰਾ ਦੁਬਾਰਾ ਪੜੋਗੇ ਹਰ ਵਾਰੀ ਪਰਮੇਸ਼ਵਰ ਜੀ ਦਾ ਆਤਮਾ ਤੁਹਾਨੂੰ ਇੱਕ ਨਵੇਂ ਤਰੀਕੇ ਦੇ ਨਾਲ ਉਸ ਵਚਨ ਦਾ ਮਕਾਸ਼ਵਾ ਬਖਸ਼ਦਾ ਹੈ ਔਰ ਅੱਜ ਅਸੀਂ ਉਤਪਤ ਦੀ ਕਿਤਾਬ ਦਾ ਪਹਿਲਾ ਅਧਿਆਏ ਪੜ੍ਹਾਂਗੇ ਔਰ ਅੱਜ ਅਸੀਂ ਇਸੇ ਅਧਿਆਏ ਦੇ ਵਿੱਚੋਂ ਦੇਖਾਂਗੇ ਕਿ ਸੱਚੀ ਜਦੋਂ ਅੱਜ ਅਸੀਂ ਇਸ ਚੈਪਟਰ ਨੂੰ ਪੜ੍ਹਾਂਗੇ ਇਹ ਜਿੰਨੀ ਵਾਰੀ ਅੱਗੇ ਪੜ੍ਹਿਆ ਅੱਜ ਸਾਨੂੰ ਨਵੇਂ ਤਰੀਕੇ ਨਾਲ ਸਮਝ ਆਊਗਾ ਹਾਲੇਲੂਇਆ ਔਰ ਤੁਸੀਂ ਦੇਖਿਓ ਅੱਜ ਪਹਿਲਾ ਹੀ ਚੈਪਟਰ ਬਾਈਬਲ ਦਾ ਪੜ੍ਹਦਿਆਂ ਪੜ੍ਹਦਿਆਂ ਤੁਹਾਡੇ ਖਾਲੀ ਭਾਂਡੇ ਭਰ ਜਾਣੇ ਪ੍ਰਭੂ ਯੇਸੂ ਮਸੀਹ ਜੀ ਦੇ ਨਾਮ ਦੇ ਵਿੱਚ ਜੇ ਇਸ ਕਿਸੇ ਕੋਲ ਵੀ ਅੱਜ ਖਾਲੀ ਭਾਂਡਾ ਆ ਉਸ ਭਾਂਡੇ ਨੂੰ ਝਾੜ ਸਵਾਰ ਲਵੋ ਮਤਲਬ ਪਰਮੇਸ਼ਵਰ ਨੂੰ ਕਹੋ ਕਿ ਪ੍ਰਭੂ ਮੈਂ ਇਹ ਬਰਤਨ ਤੁਹਾਨੂੰ ਸੌਂਪਦਾ ਹਾਂ ਅੱਜ ਇਹ ਬਰਤਨ ਅੱਜ ਇਹ ਭਾਂਡਾ ਪ੍ਰਭੂ ਤੁਹਾਡੇ ਅਨੁਗ੍ਰਹਿ ਦੇ ਨਾਲ ਭਰ ਜਾਏ ਪ੍ਰਭੂ ਯੇਸੂ ਮਸੀਹ ਜੀ ਦੇ ਨਾਮ ਦੇ ਵਿੱਚ ਆਮੇਨ ਹਾਲੇਲੂਇਆ ਵਚਨ ਦੇ ਵਿੱਚ ਸਾਨੂੰ ਇੱਦਾਂ ਪੜ੍ਹਨ ਨੂੰ ਮਿਲਦਾ ਆ ਕਿ ਪਰਮੇਸ਼ਵਰ ਦਾ ਦਰਸ਼ਨ ਇੱਕ ਨਬੀ ਨੂੰ ਆਇਆ ਤਾਂ ਪਰਮੇਸ਼ਵਰ ਉਹਨੂੰ ਦਰਸ਼ਨ ਦੇ ਵਿੱਚ ਇੱਕ ਘੁਮਿਆਰ ਦੇ ਘਰ ਵਿੱਚ ਲੈ ਕੇ ਗਏ ਤਾਂ ਉਸ ਜਗ੍ਹਾ 'ਤੇ ਦੇਖਦਾ ਆ ਕਿ ਘੁਮਿਆਰ ਨੇ ਜਿਹੜਾ ਉਹ ਚੱਕਾ ਆ ਉਹਦੇ ਉੱਤੇ ਜਿਹੜਾ ਭਾਂਡੇ ਬਣਾਉਣ ਵਾਲਾ ਪੌੜ ਆ ਉਹਦੇ ਉੱਤੇ ਮਿੱਟੀ ਰੱਖੀ ਆ ਇੱਕ ਭਾਂਡਾ ਬਣਾ ਰਿਹਾ ਆ ਔਰ ਜਦੋਂ ਭਾਂਡਾ ਬਣਾ ਰਿਹਾ ਤਾਂ ਉਹ ਭਾਂਡੇ ਦਾ ਆਕਾਰ ਜਿਹੜਾ ਆ ਉਹ ਠੀਕ ਨਹੀਂ ਬਣਿਆ ਭਾਂਡੇ ਦੀ ਸ਼ੇਪ ਜਿਹੜੀ ਸੀ ਉਹ ਠੀਕ ਨਹੀਂ ਸੀ ਔਰ ਕਹਿੰਦਾ ਉਸ ਭਾਂਡੇ ਨੂੰ ਲਾ ਲਿਆ ਉਹਦੇ ਉੱਤੋਂ ਔਰ ਉਹਦੀ ਮਿੱਟੀ ਨੂੰ ਫਿਰ ਤੋਂ ਜਿਹੜਾ ਆ ਇਕੱਠਾ ਕਰਕੇ ਗੁੰਨਿਆ ਅਤੇ ਨਵੇਂ ਸਿਰਿਓਂ ਚੱਕੇ ਦੇ ਉੱਤੇ ਰੱਖਿਆ ਅਤੇ ਫਿਰ ਉਹਨੇ ਆਪਣੇ ਮਨ ਪਾਉਂਦਾ ਜਿੱਦਾਂ ਉਹਦੇ ਮਨ ਵਿੱਚ ਆਇਆ ਉੱਦਾਂ ਦਾ ਆਕਾਰ ਉਹਨੇ ਉਸ ਭਾਂਡੇ ਨੂੰ ਦਿੱਤਾ ਅਤੇ ਉਹ ਖੁਸ਼ ਹੋਇਆ ਤਾਂ ਪਰਮੇਸ਼ਵਰ ਨੇ ਆਪਣੇ ਜਨ ਦੇ ਨਾਲ ਗੱਲ ਕੀਤੀ ਕਹਿੰਦਾ ਕਿ ਤੁਸੀਂ ਮੇਰੇ ਹੱਥਾਂ ਦੇ ਵਿੱਚ ਇੱਦਾਂ ਨਹੀਂ ਜਿੱਦਾਂ ਇਸ ਘੁਮਿਆਰ ਦੇ ਹੱਥਾਂ ਦੇ ਵਿੱਚ ਮਿੱਟੀ ਆ ਤਾਂ ਪਰਮੇਸ਼ਵਰ ਨੇ ਦਰਸ਼ਨ ਦੇ ਰਾਹੀਂ ਪਰਮੇਸ਼ਵਰ ਦੇ ਜਨ ਨੂੰ ਇਹ ਮੁਕਾਸ਼ਵਾ ਦਿੱਤਾ ਕਿ ਤੁਸੀਂ ਮੇਰੇ ਹੱਥਾਂ ਦੇ ਵਿੱਚ ਮਿੱਟੀ ਦੀ ਨਿਆਈ ਆ ਜਦੋਂ ਭਾਂਡੇ ਦਾ ਆਕਾਰ ਵਿਗੜ ਜਾਂਦਾ ਆ ਤਾਂ ਮੈਂ ਜਿੱਦਾਂ ਦਾ ਚਾਹਵਾਂ ਮੈਂ ਉਹਨੂੰ ਆਕਾਰ ਦੇ ਸਕਦਾ ਹਾਂ ਹਾਲੇਲੂਇਆ ਅਸੀਂ
ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਦੇਣਾ ਆ ਕਿ ਪ੍ਰਭੂ ਲਓ ਇਸ ਮਿੱਟੀ ਨੂੰ ਲਵੋ। ਇਸ ਤੋਂ ਪਹਿਲਾਂ ਕਿ ਇਹ ਮਿੱਟੀ ਦੇ ਵਿੱਚ ਰਲ ਜਾਵੇ, ਇਸ ਮਿੱਟੀ ਨੂੰ ਇੱਕ ਉੱਤਮ ਆਕਾਰ ਦੇ ਕੇ ਪ੍ਰਭੂ ਤੁਸੀਂ ਆਪਣੇ ਮਨ ਨੂੰ ਖੁਸ਼ ਕਰੋ। ਹਾਲੇਲੂਇਆ, ਕਿ ਇਹ ਭਾਂਡਾ ਪ੍ਰਭੂ ਜੀ ਤੁਹਾਨੂੰ ਪਸੰਦ ਆਉਣ ਵਾਲਾ ਭਾਂਡਾ ਹੋਵੇ। ਔਰ ਤੁਸੀਂ ਸੋਚੋ, ਜੇ ਇਸ ਮਿੱਟੀ ਨੂੰ ਪਰਮੇਸ਼ਵਰ ਗੁੰਨ ਕੇ ਸਵਾਰਨਗੇ, ਉਹ ਮਿੱਟੀ ਦੀ ਕੀਮਤ ਕਿੰਨੀ ਵੱਧ ਜੂਗੀ। ਹਾਲੇਲੂਇਆ, ਤੇ ਫਿਰ ਕੋਈ ਵੀ ਦੁਨੀਆ ਦੀ ਤਾਕਤ ਉਸ ਭਾਂਡੇ ਨੂੰ ਜਿਹੜਾ ਪਰਮੇਸ਼ਵਰ ਦਾ ਸਿਰਜਿਆ ਹੋਇਆ ਆ, ਉਹਦਾ ਆਕਾਰ, ਉਹਦੀ ਸ਼ੇਪ ਫਿਰ ਵਿਗਾੜ ਨਹੀਂ ਸਕੂਗੀ। ਹਾਲੇਲੂਇਆ, ਕੀ ਤੁਸੀਂ ਚਾਹੁੰਦੇ ਅੱਜ ਪ੍ਰਭੂ ਤੁਹਾਨੂੰ ਇੱਕ ਆਪਣੇ ਮਨ ਪਾਉਂਦੇ ਆਕਾਰ ਦੇ ਵਿੱਚ ਢਾਲ ਲੈਣ? ਤਾਂ ਫਿਰ ਕਹੋ ਕਿ ਪ੍ਰਭੂ, ਮੈਂ ਆਪਣੇ ਆਪ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦਾ ਹਾਂ, ਮੈਨੂੰ ਉਦਾਂ ਦੇ ਬਣਾ ਲਵੋ ਜਿੱਦਾਂ ਦਾ ਮੈਂ ਤੁਹਾਨੂੰ ਪਸੰਦ ਆਵਾਂ। ਇੱਕ ਮਜ਼ਬੂਤ ਬਰਤਨ, ਜਿਸ ਬਰਤਨ ਵਿੱਚ ਪ੍ਰਭੂ ਤੁਸੀਂ ਆਪਣੇ ਗੁਣਾਂ ਨੂੰ ਭਰੋ ਔਰ ਆਪਣੀ ਕਿਰਪਾ ਦਾ ਢੱਕਣ ਲਾ ਦਿਓ। ਕੋਈ ਚੋਰ ਇਸ ਖਜ਼ਾਨੇ ਨੂੰ ਚੋਰੀ ਨਾ ਕਰ ਸਕੇ, ਤੇ ਇਹ ਭਾਂਡਾ ਕਦੀ ਤਿੜਕੇ ਨਾ। ਆਮੇਨ, ਆਮੇਨ, ਹਾਲੇਲੂਇਆ।